ਜਲੰਧਰ ਵਿੱਚ ਇੱਕ ਮਹਿਲਾ ਕੋਲੋਂ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੇਖਾਂ ਬਾਜ਼ਾਰ ਤੋਂ ਸ਼ੋਪਿੰਗ ਕਰਕੇ ਰਿਕਸ਼ੇ ਤੇ ਆਪਣੇ ਘਰ ਨੂੰ ਜਾ ਰਹੀ ਮਹਿਲਾ ਕੋਲੋਂ ਫੁੱਟਵਾਲ ਚੌਂਕ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਦਾ ਪਰਸ ਅਤੇ ਚੈਨ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡਿਵੀਜ਼ਨ ਨੰਬਰ 4 ਤੋਂ ਸਬ ਇੰਸਪੈਕਟਰ ਗੁਰਦੀਪ ਕੌਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ। ਹਾਂਜੀ ਮੈਡਮ, ਮਾਮਲਾ ਕੀ ਹੈ ਜੀ? ਜੀ 5:30 ਵਜੇ ਦੀ ਗੱਲ ਹੈ, ਮੈਡਮ ਸੀਗੇ ਨਾਲ ਉਹਨਾਂ ਦੀ ਬੇਟੀਆਂ ਸੀ, ਰਿਕਸ਼ੇ ਤੇ ਜਾ ਰਹੇ ਸੀਗੇ ਤੇ ਤਿੰਨ ਲੜਕੇ ਸੀਗੇ ਪਲਸਰ ਮੋਟਰਸਾਈਕਲ ਤੇ ਸਵਾਰ ਸੀਗੇ। ਉਹਨਾਂ ਨੇ ਲੇਡੀ ਦਾ ਪਰਸ ਸਨੈਚ ਕੀਤਾ, ਪਰਸ ਵਿੱਚ ਫੋਨ ਸੀ ਉਹਨਾਂ ਦਾ, ਕੁਛ ਕੈਸ਼ ਸੀਗਾ ਤੇ ਇਸ ਰਿਲੇਟਡ ਆਪਾਂ ਵਾਇਰਲੈਸ ਵੀ ਕਰਵਾਈ ਹੈ ਪੂਰੇ ਸ਼ਹਿਰ 'ਚ, ਨਾਕਾਬੰਦੀ ਜੋ ਉਹਨਾਂ ਨੂੰ ਅਲਰਟ ਕਰਵਾ। ਮੈਡਮ ਦੱਸੇ ਲੇਡੀ ਦਾ ਕੀ ਨਾਮ ਸੀ, ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ? ਇਹ ਜੀ ਰਜਨੀ ਨਾਮ ਹੈ ਇਹਨਾਂ ਦਾ, ਇਹ ਹੈਗੇ ਬਸਤੀ ਸ਼ੇਖ ਵਾਲੀ ਸਾਈਡ ਦੇ। ਇਹ ਮਾਰਕੀਟ ਤੋਂ ਕੁਛ ਸਮਾਨ ਲੈ ਕੇ ਆ ਰਹੇ ਸੀਗੇ, ਉਸ ਦੌਰਾਨ ਜਦੋਂ ਫੁੱਟਬਾਲ ਚੌਂਕ ਦੇ ਕੋਲ ਪਹੁੰਚੇ, ਪਿੱਛੋਂ ਦੀ ਬਾਈਕ ਤੇ ਲੜਕੀ ਆਇਆ, ਉਹਨਾਂ ਨੇ ਸਨੈਚ ਕੀਤਾ। ਮੈਡਮ ਦੱਸਿਆ ਇਹਨਾਂ ਨੇ ਪਰਸ 'ਚ ਕੀ ਸੀ? ਪਰਸ ਵਿੱਚ ਇੱਕ ਆਈਫੋਨ ਸੀਗਾ ਉਹਨਾਂ ਦਾ, ਫੋਟੋ ਆਈਫੋਨ ਸੀਗਾ ਤੇ ਦੋ ਸਿੰਗਲ ਸਿਮ ਵਗੈਰਾ। ਤੇ ਮੈਡਮ ਸੀਸੀਟੀਵੀ ਫੁਟੇਜ ਵਗੈਰਾ 'ਚ ਕੋਈ? ਹਾਂਜੀ ਹਾਂਜੀ ਬਿਲਕੁਲ ਜੀ, ਉੱਥੇ ਅਸੀਂ ਆਪਣੇ ਫੋਰਸ ਨੂੰ ਭੇਜ ਦਿੱਤਾ ਹੋਇਆ, ਉਹ ਫੁਟੇਜ ਚੱਲ ਰਿਹਾ। ਤੇ ਕਾਰਵਾਈ ਕੀ ਕਰ ਰਹੇ? ਬਾਕੀ ਜੋ ਕੈਮਰਾਮੈਨ ਪਰਮਜੀਤ ਵਿਰਕ ਦੇ ਨਾਲ ਕਪਿਲ ਪਾਵਾ ਦੀ ਰਿਪੋਰਟ, KDT ਨਿਊਜ਼ ਜਲੰਧਰ।